ਸਤਿ ਸ਼੍ਰੀ ਅਕਾਲ ਜੀ। ਸਵੇਰ ਦੇ ਵਜੇ 8 ਅਤੇ ਪੇਟ ਨੂੰ ਲੱਗ ਗਈ ਆ ਭੁੱਖ। ਇੱਕ ਵਾਰੀ ਵੇਟ ਪੱਠਿਆਂ ਦੀ। ਹਾਂਜੀ, ਇਕੱਲੇ ਪੱਠਿਆਂ ਨਾਲ ਕੁਝ ਨਹੀਂ ਬਣਨਾ, ਨਾਲ ਚਾਹੀਦੀ ਲੱਸੀ ਅਤੇ ਪਾਣੀ। ਇਹਦੇ ਨਾਲ ਸਾਡਾ ਪੇਟ ਭਰਦਾ ਆ ਅਤੇ ਛੁੱਟੀ ਵੀ ਖੁਸ਼ ਹੈ ਅਤੇ ਦੀਦੀ ਮੰਮੀ ਵੀ ਖੁਸ਼ ਹੈ, ਕਿਉਂਕਿ ਪੱਠੇ ਦਿੱਤੇ ਆ, ਕੁਤਰਤੇ ਹੋਣ ਦਿੱਤੇ ਆ, ਪਾ ਹਰੇ ਹਰੇ ਪੱਠੇ ਖਾ ਕੇ ਹੋ ਜਾਣਗੀਆਂ ਖੁਸ਼। ਅਸੀਂ ਤਾਂ ਹਜੇ ਲੰਚ ਕੀਤਾ ਨਹੀਂ, ਪਰ ਇਹਨਾਂ ਦੇ ਲੰਚ ਦਾ ਪੂਰਾ ਰੱਖਣਾ ਪੈਂਦਾ ਧਿਆਨ, ਕਿਉਂਕਿ ਬਿਨਾਂ ਖਾਧੇ ਪੀਤੇ ਨਹੀਂ ਦਿੰਦੀਆਂ ਦੁੱਧ ਜੀ। ਅਤੇ ਇੱਧਰ ਤੋਂ ਪੌਣੀ ਵੀ ਹੋ ਗਈ ਆ ਸਟਾਰਟ, ਅਤੇ ਸਾਰੀਆਂ ਖੁੱਲ੍ਹੀਆਂ ਦਿੱਤੀਆਂ ਪਰ, ਤਾਂ ਕਿ ਇਹ ਖਾ ਕੇ ਹੋ ਜਾਣ ਖੁਸ਼।